ਮਨਜੀਤ ਸਿੰਘ ਬੋਪਰਾ ਦੀ ਪੁਸਤਕ ਜੋਤਿਸ਼ ਚੂਟ ਬੋਲਦਾ ਦਾ ਅਗਲਾ ਭਾਗ ਹਥੇਲੀ ਦੀਆਂ ਵੰਡਾਂ ਹੱਥ ਪੜਨ ਵਿੱਚ ਹਥੇਲੀ ਨੂੰ 7 ਭਾਗਾਂ 'ਚ ਵੰਡਿਆ ਜਾਂਦਾ ਹੈ ਜਿਨ੍ਹਾਂ ਦੇ ਨਾਮ ਇਹਨਾਂ 7 ਗ੍ਰਹਾਂ ਨਾਲ ਜੋੜੇ ਜਾਂਦੇ ਹੈ ਬ੍ਰਹਸਪਤੀ ਮੰਗਲ ਬੁੱਧ ਸ਼ੁਕਰ ਸਨਿਚਰ ਚੰਦਰਮਾ ਤੇ ਸੂਰਜ ਪਹਿਲੀ ਉਂਗਲ ਨੂੰ ਸ਼ੁਕਰ ਦਾ ਨਾਮ ਦਿੱਤਾ ਗਿਆ ਦੂਜੀ ਸਭ ਤੋਂ ਲੰਬੀ ਉਂਗਲ ਨੂੰ ਸਨੇਚਰ ਦਾ ਤੀਜੀ ਉਂਗਲ ਨੂੰ ਸੂਰਜ ਦੀ ਉਂਗਲ ਕਿਹਾ ਜਾਂਦਾ ਹੈ ਚੌਥੀ ਤੇ ਸਭ ਤੋਂ ਛੋਟੀ ਉਂਗਲ ਨੂੰ ਬ੍ਰਸਪਤੀ ਕਿਹਾ ਜਾਂਦਾ ਹੈ ਜਿਵੇਂ ਕਿ ਤਸਵੀਰ ਚ ਦਿਖਾਇਆ ਗਿਆ ਹੈ ਜੋਤਿਸ਼ ਦੀ ਤਰ੍ਹਾਂ ਹੱਥ ਦੀ ਵੰਡ ਵਿੱਚ ਵੀ ਚਾਰ ਗ੍ਰਹਿ ਧਰਤੀ ਯੂਰਨਸ ਨੇਪਚੂਨ ਤੇ ਪਲੂਟੋ ਨੂੰ ਗਿਣਿਆ ਨਹੀਂ ਗਿਆ ਉਹ ਕਿਉਂ ਨਹੀਂ ਗਿਣੇ ਗਏ ਪੁਰਾਤਨ ਯੂਨਾਨ ਦੇ ਸੱਤ ਦੇਵਤਿਆਂ ਦੇ ਨਾਂ ਤੇ ਸੱਤ ਗ੍ਰਹਾਂ ਦੀ ਪ੍ਰਣਾਲੀ ਦਾ ਵਿਚਾਰ ਸ਼ਾਇਦ ਜੋਤਿਸ਼ ਤੋਂ ਉਧਾਰਾ ਲਿਆ ਗਿਆ ਤੇ ਹੱਥ ਰੇਖਾ ਪੜਨ ਚ ਆਧਾਰ ਵੱਜੋਂ ਵਰਤਿਆ ਗਿਆ। ਕੀਰੋ ਸੱਤਾਂ ਦੀ ਪ੍ਰਣਾਲੀ ਤੋਂ ਬਹੁਤ ਹੀ ਪ੍ਰਭਾਵਿਤ ਸੀ। ਉਹਨੇ ਨੰਬਰ 7 ਨੂੰ ਮਹੱਤਤਾ ਦਿੰਦੇ ਹੋਏ ਆਪਣੀ ਕਿਤਾਬ ਹੱਥਾਂ ਦੀ ਬੋਲੀ 'ਚ ਇੱਕ ਪੂਰਾ ਪਾਠ ਲਿਖਿਆ ਹੈ। ਉਹਦਾ ਵਿਸ਼ਵਾਸ ਸੀ ਕਿ ਦੁਨੀਆ ਦੇ ਇਤਿਹਾਸ ਦੇ ਸਾਰੇ ਯੋਗਾਂ 'ਚ ਨੰਬਰ 7 ਨੇ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਜਿਵੇਂ ਕਿ ਉਦਾਹਰਨ ਦੇ ਤੌਰ ਤੇ ਮਨੁੱਖ ਮਨੁੱਖਤਾ ਦੀਆਂ 7 ਨਸਲਾਂ, ਦਾਨੀਆਂ ਦੇ 7 ਅਜੂਬੇ ਸੱਤਾਂ ਦੇਵਤਿਆਂ ਤੇ ਸੱਤ ਗ੍ਰਹਿਆਂ ਦੀਆਂ ਸੱਤ ਬੋਧੀਆਂ ਸੱਤ ਮਹਾਦੀਪ ਹਫਤੇ ਦੇ ਸੱਤ ਦਿਨ ਸੱਤ ਰੰਗ ਸੱਤ ਖਾਣੇ ਚ ਪਦਾਰਥ ਸੱਤ ਗਿਆਨ ਇੰਦਰੀਆ ਮੈਨੂੰ ਕੋਈ ਥੋ ਨਹੀਂ ਕਿਉਂ ਨਹੀਂ ਮਨੁੱਖਤਾ ਦੀਆਂ ਸੱਤ ਨਸਲਾਂ ਕਿਵੇਂ ਬਣਾਈਆਂ ਪਰ ਰੰਗ ਦੇ ਆਧਾਰ ਤੇ ਚਾਰ ਹੀ ਨਸਲਾਂ ਕਾਲਾ ਚਿੱਟਾ ਪੀਲਾ ਲਾਲ ਮੁੱਖ ਰੰਗ ਸਿਰਫ ਤੇ ਨਹੀਂ ਹਨ ਲਾਲ ਨੀਲਾ ਪੀਲਾ ਬਾਕੀ ਰੰਗ ਇਹਨਾਂ ਦੇ ਤਿਆਰ ਕੀਤੇ ਜਾਂਦੇ ਐ ਅੱਜ ਦੀ ਘੜੀ ਨੌਂ ਗਰੇ ਹਨ ਪੰਜ ਗਿਆਨ ਇੰਦਰੀਆਂ ਬੇਗਿਣਤ ਦੇਵਤੇ ਤੇ ਸੱਤ ਤੋਂ ਬਹੁਤ ਹੀ ਵੱਧ ਖਾਣੇ ਚ ਪਦਾਰਥ ਪਰ ਜੀਆਂ ਵੰਡਾਂ ਦੀ ਉਦੇਸ਼ਕ ਮਹੱਤਾ ਕੀ ਹੈ ਅਸੀਂ ਅਜੇ ਭਾਗ ਉਹਨਾਂ ਦੇ ਅਧਿਐਨ ਨੂੰ ਸੌਖਿਆਂ ਤੇ ਆਰਾਮਦੇਹ ਬਣਾਉਣ ਲਈ ਬਣਾਏ ਹੈ ਇੱਕ ਵਿਅਕਤੀ ਦੀ ਜੰਤਰੀ ਤਿਆਰ ਕਰਨ ਲਈ ਜੋਤਿਸ਼ੀ ਗ੍ਰਹਾਂ ਦੀ ਵਰਤੋਂ ਕਰਦੀ ਹੈ ਕਿਉਂਕਿ ਉਹ ਗ੍ਰਹਾਂ ਦੀ ਗ੍ਰਹਾਂ ਦੇ ਮਨੁੱਖੀ ਮਾਮਲਿਆਂ ਉੱਤੇ ਅਸਰ 'ਚ ਵਿਸ਼ਵਾਸ ਕਰਦੇ ਹੈ ਹੱਥ ਰੇਖਾ ਮਾਇਰਾ ਗ੍ਰਹ ਤੇ ਉਹਨਾਂ ਦਾ ਹੱਥਾਂ ਨਾਲ ਸੰਬੰਧ ਦਾ ਕੀ ਵਰਣਨ ਦਿੰਦੇ ਹੈ ਕੀ ਗ੍ਰਹਿ ਹੱਥ ਦੀਆਂ ਉਂਗਲੀਆਂ ਦੇ ਆਕਾਰ ਸ਼ਕਲ ਦਾ ਰੰਗ ਤੇ ਅਸਰ ਪਾਉਂਦੀ ਹੈ ਕੀ ਗ੍ਰਹਿ ਹੱਥਾਂ ਦੀਆਂ ਰੇਖਾਵਾਂ ਨੂੰ ਲੰਬਾ ਜਾਂ ਛੋਟਾ ਕਰਦੀ ਹੈ ਜਾਂ ਦੋ ਹਿੱਸਿਆਂ 'ਚ ਤੋੜਦੀ ਹੈ ਹੱਥ ਰੇਖਾ ਮਾਹਿਰਾ ਵੱਲੋਂ ਇਹਨਾਂ ਸਵਾਲਾਂ ਦਾ ਕੀ ਉੱਤਰ ਹੈ ਇੱਕ ਚੁੱਪ ਸੋ ਸੁਖ ਇਤੇ ਹੋਰ ਅੱਗੇ ਅੰਗੂਠਾ ਜੋ ਕਿ ਹੱਥ ਦਾ ਸਭ ਤੋਂ ਸ਼ਕਤੀਸ਼ਾਲੀ ਹਿੱਸਾ ਹੈ ਕਿਸੇ ਵੀ ਗ੍ਰਹਿ ਦੀ ਪ੍ਰਤੀਨਿਧਤਾ ਨਹੀਂ ਕਰਦਾ ਸੂਰਜ ਜਿਹੜਾ ਸੂਰਜ ਪ੍ਰਣਾਲੀ 'ਚ ਸਭ ਤੋਂ ਸ਼ਕਤੀਸ਼ਾਲੀ ਤੀਜੀ ਉਂਗਲ ਦੀ ਪ੍ਰਤੀਨਿਧਤਾ ਹੈ ਤੋਂ ਵੀ ਕਿਰਿਆਮੰਚ ਕਮਜ਼ੋਰ ਹੈ ਹੱਥ ਦੀ ਵੰਡ ਬੇਅਸਰ ਤੇ ਬੇਤਰਤੀਬੀ ਹੈ ਇਸ ਤੇ ਸਾਡੀ ਸੂਰਜ ਪ੍ਰਣਾਲੀ ਦੇ ਸਾਰੇ ਗ੍ਰਹਿ ਤੇ ਉਪਗ੍ਰਹਿ ਨਹੀਂ ਵਰਤੇ ਹੱਥ ਦੀ ਇੱਕ ਵੰਡ ਦੂਜੇ ਗ੍ਰਹਾਂ ਤੇ ਉਹਨਾਂ ਦੇ ਉਪਗ੍ਰਹਾਂ ਦੇ ਅਨੁਕੂਲ ਨਹੀਂ ਹੱਥ ਰੇਖਾ ਮਾਹਿਰਾ ਸ਼ੁਕਰ ਜਾਇ ਦੇ ਕਿਸੇ ਵੀ ਉਪਗ੍ਰਹ ਦੇ ਵਾਸੀ ਲਈ ਵੰਡ ਕਿਵੇਂ ਕਰੇਗਾ ਜਿੱਥੇ ਕੁੱਲ ਉਪਗ੍ਰਹਾਂ ਦੀ ਗਿਣਤੀ ਕੁੱਲ ਗ੍ਰਹਾਂ ਤੋਂ ਵੀ ਜ਼ਿਆਦਾ ਹੈ ਹੱਥ ਦੀ ਸ਼ਕਲ ਦੀਆਂ 7 ਕਿਸਮਾਂ 1920 ਦੇ ਸਦੀ ਚ ਨਵੀਨ ਹੱਥ ਪੜਾਈ ਦੇ ਪਿਤਾਮਾ ਕੈਸ਼ੀਅਰ ਸਟਾਨਿਲਸ ਲਾਜ ਅਰਪਨ ਟੈਨਿਟੀ ਦੇ ਨੇ ਹੱਥਾਂ ਨੂੰ ਸ਼ਕਲ ਦੇ ਆਧਾਰ ਤੇ ਸੱਤ ਭਾਗਾਂ 'ਚ ਵੰਡਿਆ ਕਰਮ ਅਫਸਰੇਣੀ ਦੇ ਹੱਥ ਵਰਗਾਕਾਰ ਕਲਾਕਾਰ ਸ਼ਰੇਣੀ ਦੇ ਹੱਥ ਆਦਰਸ਼வதி ਦਾਰਸ਼ਨਿਕ ਮਿਲੀ ਜੁਲੀ ਸ਼੍ਰੇਣੀ ਤੇ ਪ੍ਰਾਰੰਭਕ ਇਹ ਵੰਡ ਅੱਜ ਦੇ ਹੱਥ ਰੇਖਾ ਮਾਇਰਾਂ ਚ ਵੀ ਹਰਮਨ ਪਿਆਰੀ ਹੈ ਹੱਥ ਰੇਖਾ ਮਾਹਿਰ ਦਾਵਾ ਕਰਦੇ ਕਿ ਹੱਥ ਦੀ ਸ਼ਕਲ ਰੇਖਾਵਾਂ ਜਿੰਨੀ ਹੀ ਜ਼ਰੂਰੀ ਹੈ ਮੈਂ ਇਸ ਨਿਯਮ ਨੂੰ ਠੀਕ ਲੱਭਣ ਲਈ ਹਜ਼ਾਰਾਂ ਹੱਥ ਵੇਖੇ ਮੈਨੂੰ ਬੜਾ ਹੀ ਅਫਸੋਸ ਹੈ ਕਿ ਮੇਰੇ ਇਕੱਠੇ ਕੀਤੇ ਅੰਕੜਿਆਂ 'ਚ ਇਹ ਕਿਤਾਬ ਵਿੱਚ ਪਿਆ ਖਿਆਲੀ ਵਿਚਾਰ ਹੀ ਹੈ ਮੈਂ ਕਦੇ ਵੀ ਸਪੈਕੂਲੇਟ ਹੱਥ ਵਰਗਾਕਾਰ ਹੱਥ ਕੋਣੀ ਹੱਥ ਜਾਂ ਕੋਈ ਦੂਜੀ ਸ਼ਕਲ ਨਹੀਂ ਲੱਭ ਸਕਿਆ ਅਸਲ 'ਚ ਹੱਥ ਨੂੰ ਸ਼ਕਲ ਦੇ ਆਧਾਰ 'ਤੇ ਵੰਡਣਾ ਲਗਭਗ ਸੰਭਵ ਹੈ ਮੈਂ ਸੋਚਦਾ 20ਵੀਂ ਸਦੀ ਦੇ ਨਿਰਾਸ਼ ਹੋਏ ਹੱਥ ਖੋਜੀਆਂ ਨੇ ਹੱਥਾਂ ਦੀ ਵੰਡ ਤਤਾਂ ਦੇ ਆਧਾਰ 'ਤੇ ਸ਼ੁਰੂ ਕੀਤੀ ਹੈ ਜਿਹੜੀ ਹੱਥ ਨੂੰ ਚਾਰ ਕਿਸਮਾਂ 'ਚ ਵੰਡਦੀ ਹੈ ਧਰਤੀ ਦਾ ਹੱਥ ਹਵਾ ਦਾ ਹੱਥ ਅੱਗ ਦਾ ਹੱਥ ਪਾਣੀ ਦਾ ਹੱਥ ਇਹ ਤੱਤਾਂ ਦੇ ਆਧਾਰ ਤੇ ਹੱਥਾਂ ਦੀਆਂ ਕਿਸਮਾਂ ਪੜਨ ਚੀ ਨਵੀਆਂ ਪਰ ਅਸਲ ਚ ਪੁਰਾਤਨ ਵਿਚਾਰ ਪ੍ਰਾਚੀਨ ਤੋਂ ਧਾਰ ਲਿਆ ਗਿਆ ਹੈ ਇਹਨੂੰ ਵਰਤਨਾ ਪੁਰਾਤਨ ਸ਼ਰਾਬ ਦੀ ਬੋਤਲ ਚ ਹੀ ਪਾਉਣਾ ਹੈ ਧਰਤੀ ਹਵਾ ਅੱਗ ਤੇ ਪਾਣੀ ਦਾ ਹੱਥ ਨਾਲ ਸੰਬੰਧ ਕੀ ਹੈ ਕੋਈ ਪੁੱਛਦਾ ਨਹੀਂ ਕੋਈ ਵਰਣਨ ਨਹੀਂ ਕਰਦਾ ਧਰਤੀ ਤੇ ਪਾਣੀ ਨੂੰ ਇਕੱਠਿਆਂ ਵਰਤਨਾ ਦਾ ਅਰਥ ਕੀ ਹੈ ਧਰਤੀ ਇੱਕ ਗ੍ਰਹਿ ਦਾ ਨਾਮ ਹੈ ਜਿਹੜਾ ਅਸਲ ਚ ਹਥੇਲੀ ਦੀ ਵੰਡ ਸਮੇ ਗਿਣਿਆ ਨਹੀਂ ਗਿਆ ਮਹਾਦੀਪੀ ਭਾਗ ਦੇ ਸਮੁੰਦਰੀ ਭਾਗ ਮਿਲਾ ਕੇ ਧਰਤੀ ਗ੍ਰਹਿ ਬਣਦੀ ਹੈ ਇਸ ਤਰ੍ਹਾਂ ਹੱਥ ਪੜਨ ਵਿੱਚ ਧਰਤੀ ਤੇ ਪਾਣੀ ਇਕੱਠਿਆਂ ਵਰਤਨਾ ਮੂਰਤਦਾ ਹੈ ਖੱਬਾ ਤੇ ਸੱਜਾ ਹੱਥ ਭਾਵੇਂ ਹੱਥ ਮਾਹਿਰ ਦੋਵੇਂ ਹੱਥ ਪੜਦੇ ਆ ਪਰ ਆਮ ਕਰਕੇ ਉਹ ਖੱਬੇ ਹੱਥ ਨੂੰ ਕੁਦਰਤੀ ਸ਼ਖਸੀਅਤ ਦੱਸਣ ਤੇ ਸੱਜੇ ਹੱਥ ਨੂੰ ਵਿਅਕਤੀ ਦੇ ਅਨੁਭਵ ਪੜਨ ਵਾਸਤੇ ਵਰਤਦੇ ਆ ਜੋ ਵਿਅਕਤੀ ਸੱਜਾ ਹੱਥ ਜ਼ਿਆਦਾ ਵਰਤਦੇ ਆ ਉਹਨਾਂ ਦੇ ਸੱਜੇ ਹੱਥ ਉੱਪਰ ਰੇਖਾਵਾਂ ਖੱਬੇ ਹੱਥ ਨਾਲੋਂ ਜ਼ਿਆਦਾ ਤਬਦੀਲ ਹੁੰਦੀਆਂ ਅਜੇ ਇਸ ਕਰਕੇ ਨਹੀਂ ਕਿ ਸੱਜੇ ਹੱਥ ਦਾ ਦਿਮਾਗ ਨਾਲ ਕੋਈ ਖਾਸ ਰਿਸ਼ਤਾ ਹੈ ਇਸ ਕਰਕੇ ਨੂੰ ਹੀ ਵਰਤਿਆ ਜਾਂਦਾ ਹੈ ਖਬਜੂਆਂ ਦੇ ਹਾਲਤ ਵਿੱਚ ਇਹਦੇ ਉਲਟ ਕਿਹਾ ਜਾਂਦਾ ਹੈ ਜਿਹੜਾ ਹੱਥ ਜ਼ਿਆਦਾ ਵਰਤਿਆ ਜਾਂਦਾ ਉਹ ਦੂਜੇ ਨਾਲੋਂ ਜ਼ਿਆਦਾ ਮਜ਼ਬੂਤ ਸਮਰੱਥ ਤੇ ਤਕੜਾ ਹੁੰਦਾ ਇਸ ਕਰਕੇ ਸਪਸ਼ਟ ਹੈ ਕਿ ਜਨਮ ਪਿੱਛੇ ਹੱਥ ਉੱਤੇ ਰੇਖਾਵਾਂ ਬਣਦੀਆਂ ਜਾਂ ਲੂਪ ਹੁੰਦੀਆਂ ਉਹ ਸਿਰਫ ਹੱਥ ਦੀ ਵਰਤੋਂ ਕਰਕੇ ਹੀ ਹੁੰਦੀ ਹੈ ਹੋ ਸਕਦਾ ਤੁਸੀਂ ਹੱਥਾਂ 'ਚ ਇੱਕ ਹੋਰ ਫਰਕ ਨੋਟ ਕੀਤਾ ਹੋਵੇ ਜੋ ਹੱਥ ਦੀ ਮੁਕਾਬਲਤਨ ਵਰਤੋਂ ਕਰਕੇ ਉਂਗਲੀਆਂ ਦੇ ਆਕਾਰ 'ਚ ਫਰਕ ਹੈ ਉਦਾਹਰਨ ਦੇ ਤੌਰ ਤੇ ਸੱਜਾ ਹੱਥ ਵਰਤਣ ਵਾਲੇ ਵਿਅਕਤੀ ਦੇ ਸੱਜੇ ਹੱਥ ਦੀ ਉਂਗਲੀ 'ਚ ਪਾਈ ਮੰਦਰੀ ਖੱਬੇ ਹੱਥ ਦੀ ਉਹੀ ਉਂਗਲੀ 'ਚ ਢਿੱਲੀ ਹੁੰਦੀ ਹੈ ਖਬਜੂਆਂ ਦੇ ਹਾਲਤ ਵਿੱਚ ਇਹਦੇ ਉਲਟ ਵਾਪਰਦਾ ਹੈ ਉਹ ਵਿਅਕਤੀ ਜੋ ਦੋਵੇਂ ਹੱਥਾਂ ਨੂੰ ਇੱਕੋ ਜਿਹਾ ਵਰਤਦੇ ਆ ਉਹੀ ਮੰਦਰੀ ਦੋਨੋਂ ਹੱਥਾਂ 'ਚ ਇੱਕੋ ਜਿਹੀ ਫਿੱਟ ਹੁੰਦੀ ਹੈ ਇਸ ਲਈ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਹੱਥਾਂ ਦੀ ਵਰਤੋਂ ਸਿਰਫ ਹੱਥਾਂ ਦੀ ਮੋਟਾਈ ਨੂੰ ਹੀ ਪ੍ਰਭਾਵਿਤ ਨਹੀਂ ਕਰਦੀ ਸਗੋਂ ਸ਼ਕਲ ਨੂੰ ਵੀ ਪ੍ਰਭਾਵਿਤ ਕਰਦੀ ਹੈ ਉਹੀ ਦਲੀਲ ਪੈਰਾਂ ਦੀ ਹਾਲਤ ਦਿੱਤੀ ਜਾ ਸਕਦੀ ਹੈ ਜਿਵੇਂ ਸੱਜੇ ਪੈਰ ਦੀ ਜੁੱਤੀ ਖੱਬੇ ਪੈਰ ਚ ਢਿੱਲੀ ਹੁੰਦੀ ਹੈ ਰੇਖਾਵਾਂ ਦੀ ਵਿਲੱਖਣਤਾ ਹੱਥ ਰੇਖਾ ਮਾਹਿਰ ਰੇਖਾਵਾਂ ਦੀ ਵਿਲੱਖਣਤਾ ਦਾ ਇਹ ਕਹਿ ਕੇ ਵਰਣਨ ਦਿੰਦੇ ਹੈ ਕਿਉਂਕਿ ਵਕ ਵਕ ਲੋਕਾਂ ਦੀ ਰੁਚੀਆਂ ਵਕ ਵਕ ਹੁੰਦੀਆਂ ਹਨ ਰੇਖਾਵਾਂ ਵੀ ਭਿੰਨ ਭਿੰਨ ਹੁੰਦੀਆਂ ਤੇ ਅੱਗੇ ਉਹ ਦਾਵਾ ਕਰਦੇ ਹੈ ਕਿ ਰੁਚੀਆਂ ਬਦਲਣ ਨਾਲ ਰੇਖਾਵਾਂ ਵੀ ਬਦਲਦੀਆਂ ਇਹ ਸਿੱਟੇ ਤੇ ਉਹ ਕਿਵੇਂ ਪਹੁੰਚੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਕਿਸੇ ਵੀ ਦੋ ਹੱਥਾਂ ਉੱਤੇ ਇੱਕੋ ਜੀਆਂ ਰੇਖਾਵਾਂ ਨਹੀਂ ਹੁੰਦੀਆਂ ਜੋੜਿਆਂ ਦੇ ਹੱਥਾਂ ਉੱਤੇ ਵੀ ਰੇਖਾਵਾਂ ਦੀ ਭਿੰਨਤਾ ਹੁੰਦੀ ਹੈ ਇੱਥੋਂ ਤੱਕ ਕਿ ਜਨਮ ਸਮੇਂ ਬੱਚੇ ਦੇ ਹੱਥ ਦੀਆਂ ਰੇਖਾਵਾਂ ਵੀ ਬਿਲਕੁਲ ਇੱਕੋ ਜੀਆਂ ਨਹੀਂ ਹੁੰਦੀਆਂ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਤੇਵੇਂ ਤੇਵੇਂ ਖਾਸ ਹੱਦ ਤੱਕ ਦੋਵੇਂ ਹੱਥਾਂ ਦੀਆਂ ਰੇਖਾਵਾਂ 'ਚ ਭਿੰਨਤਾ ਵੱਧਦੀ ਜਾਂਦੀ ਹੈ ਮੈਂ ਬਹੁਤ ਬੱਚਿਆਂ ਦੇ ਉਹਨਾਂ ਦੇ ਮਾਂ-ਬਾਪ ਦੇ ਤੇ ਇੱਥੋਂ ਤੱਕ ਦਾਦਾ-ਦਾਦੀ ਦੇ ਹੱਥ ਪੜ੍ਹਿਆ ਹੈ ਤਾਂ ਕਿ ਬੰਸਾਵਲੀ ਹੈਰਿਡਿਟੀ ਦਾ ਅਸਰ ਪੜ੍ਹਿਆ ਜਾ ਸਕੇ ਕੁਝ ਇੱਕ ਤੇ ਪ੍ਰਭਾਵ ਕਾਫੀ ਮਿਲਿਆ ਜਦ ਕਿ ਦੂਜਿਆਂ ਉਤੇ ਬਹੁਤ ਹੀ ਘੱਟ ਜਾਂ ਮਿਲ ਕੋ ਬਾਜਿਆ ਇਸ ਖੇਤਰ ਚ ਮੇਰੀ ਖੋਜ ਉਤੇ ਆਧਾਰਿਤ ਮੈਂ ਨਤੀਜਾ ਕੱਢਿਆ ਹੈ ਕਿ ਹੱਥਾਂ ਦੀ ਸ਼ਕਲ ਤੇ ਰੇਖਾਵਾਂ ਦੀ ਭਿੰਨਤਾ ਸਰੀਰ ਦੇ ਦੂਜੇ ਅੰਗਾਂ ਦੀ ਭਿੰਨਤਾ ਦੀ ਤਰ੍ਹਾਂ ਹੀ ਹੈ ਸ਼ਾਇਦ ਇਹ ਭਿੰਨਤਾ ਵਿਅਕਤੀ ਦੇ ਜਨਮ ਤੇ ਮੌਤ ਤੱਕ ਆਜ਼ਾਦਾਨਾ ਵਿਕਾਸ ਕਰਕੇ ਹੀ ਹੈ ਜਿਵੇਂ ਸਰੀਰ ਦੇ ਦੂਜੇ ਅੰਗ ਪੂਰੀ ਤਰ੍ਹਾਂ ਭੈਣ ਭਰਾ ਮਾਂ ਬਾਪ ਜਾਂ ਦੁਨੀਆ ਦੇ ਕਿਸੇ ਹੋਰ ਵਿਅਕਤੀ ਨਾਲ ਨਹੀਂ ਮਿਲਦੇ ਹੁਣ ਜੀ ਰੇਖਾਵਾਂ ਦੀ ਤੇ ਹੱਥ ਦੀਆਂ ਸ਼ਕਲਾਂ ਵੀ ਇੱਕ ਦੂਜੇ ਨਾਲ ਨਹੀਂ ਮਿਲਦੀਆਂ ਹੱਥ ਰੇਖਾ ਮਾਇਰਾਂ ਦਾ ਵਿਚਾਰ ਹੈ ਕਿ ਵੱਖਰੇ ਵੱਖਰੇ ਵਿਅਕਤੀਆਂ ਦੀ ਵਿਚਾਰ ਵੱਖਰੇ ਵੱਖਰੇ ਹੁੰਦੇ ਹਨ ਵੀ ਨਿਰਾਧਾਰ ਹੈ ਕੰਮ ਤੇ ਰੇਖਾਵਾਂ ਜੇ ਜਨਮ ਤੋਂ ਬਾਅਦ ਰੇਖਾਵਾਂ 'ਚ ਕੋਈ ਤਬਦੀਲੀ ਆਉਂਦੀ ਵੀ ਹੈ ਚਾਹੇ ਰੇਖਾਵਾਂ ਦਾ ਬਣਨਾ ਜਾਂ ਲੂਪ ਹੋਣਾ ਉਹ ਲਗਾਤਾਰ ਹੱਥਾਂ ਦੀ ਬੰਦ ਹੋਣ ਤੇ ਖੁੱਲਣ ਦੀ ਕਿਰਿਆ ਕਰਕੇ ਹੀ ਹੈ ਦੂਜੇ ਸ਼ਬਦਾਂ 'ਚ ਰੇਖਾਵਾਂ ਦੀ ਤਬਦੀਲੀ ਲਈ ਹੱਥਾਂ ਦੀ ਪਰਤੋਂ ਭਾਵ ਕੰਮ ਕਰਨਾ ਜ਼ਿੰਮੇਵਾਰ ਹੈ ਮਜ਼ਦੂਰਾ ਇਥੋਂ ਤੱਕ ਕਿ ਉਦਯੋਗੀ ਫੋਰਮੈਨਾਂ ਤੇ ਮਕੈਨਿਕਾਂ ਦੇ ਹੱਥਾਂ ਉੱਤੇ ਵੀ ਆਮ ਕਰਕੇ ਮੁੱਖ ਤਿੰਨ ਰੇਖਾਵਾਂ ਹੁੰਦੀਆਂ ਜਦੋਂ ਜੰਮੇ ਸੀ ਦੂਜਿਆਂ ਵਾਂਗ ਉਹਨਾਂ ਦੇ ਹੱਥ ਵੀ ਰੇਖਾਵਾਂ ਨਾਲ ਭਰੇ ਸੀ ਲਗਾਤਾਰ ਸਰੀਰਕ ਮਿਹਨਤ ਨਾਲ ਕੁਝ ਰੇਖਾਵਾਂ ਮੱਧਮ ਪੈ ਜਾਂਦੀਆਂ ਕੁਝ ਖਤਮ ਹੋ ਜਾਂਦੀਆਂ ਜਦ ਕਿ ਕਿਸੇ ਵਕਤ ਹੱਥ ਬੰਦ ਕਰਨ ਤੇ ਖੋਲਣ ਦੀ ਕਿਰਿਆ ਸਿਰਫ ਨਵੀਆਂ ਰੇਖਾਵਾਂ ਹੀ ਨਹੀਂ ਬਣਾਉਂਦੀ ਸਗੋਂ ਇਹਨਾਂ ਰੇਖਾਵਾਂ 'ਚ ਸੁਧਾਰ ਕਰਦੀ ਹੈ ਤੇ ਉਹਨਾਂ ਨੂੰ ਇੱਕ ਨਵੀਂ ਸ਼ਕਲ ਵੀ ਦਿੰਦੀ ਹੈ ਸਖਤ ਤੇ ਨਰਮ ਹੱਥ ਵਖ ਵਖ ਕਿੱਤੇ ਤੇ ਵੱਖਰੇ ਵੱਖਰੇ ਕੰਮ ਹੱਥ ਦੀ ਚਮੜੀ ਤੇ ਵੀ ਅਸਰ ਪਾਉਂਦੀ ਹੈ ਮਜ਼ਦੂਰਾਂ ਕਿਸਾਨਾਂ ਮਿਸਰੀਆਂ ਦੇ ਹੱਥਾਂ ਦੀ ਚਮੜੀ ਸਖਤ ਹੋਏਗੀ ਇਹਦੇ ਉਲਟ ਕਲਰਕਾਂ ਪ੍ਰੋਫੈਸਰਾਂ ਤੇ ਡਾਕਟਰਾਂ ਦੇ ਹੱਥਾਂ ਦੀ ਚਮੜੀ ਨਰਮ ਹੁੰਦੀ ਹੈ ਪਹਿਲੀਆਂ ਦੀ ਕਿਸਮਤ ਰੇਖਾ ਲੱਕ ਲਾਈਨ ਕਦੀ ਹੀ ਵੇਖਣ ਚਾਹੁੰਦੀ ਹੈ ਜਦ ਕਿ ਦੂਜਿਆਂ ਦੇ ਆਮ ਹੁੰਦੀ ਹੈ ਨਰਮ ਚਮੜੀ ਉਤੇ ਰੇਖਾਵਾਂ ਡੂੰਘੀਆਂ ਤੇ ਤੰਗ ਹੁੰਦੀਆਂ ਤੇ ਸਖਤ ਚਮੜੀ ਉਤੇ ਚੌੜੀਆਂ ਤੇ ਪਤਲੀਆਂ ਹੁੰਦੀਆਂ ਰੇਖਾਵਾਂ ਦੇ ਅਰਥ ਫਲਾਦਿਸ਼ ਦੀ ਪੜਤਾਲ ਹਥੇਲੀ ਦੀਆਂ ਰੇਖਾਵਾਂ ਨੂੰ ਤਿੰਨ ਕਿਸਮਾਂ ਚ ਵੰਡਿਆ ਜਾ ਸਕਦਾ ਹੈ ਪਹਿਲੀ ਤਿੰਨ ਮੁੱਖ ਰੇਖਾਵਾਂ ਦਿਮਾਗ ਦਿਲ ਤੇ ਜੀਵਨ ਰੇਖਾਵਾਂ ਦੂਜਾ ਚਾਰ ਮਹੱਤਵਪੂਰਨ ਰੇਖਾਵਾਂ ਕਿਸਮਤ ਰੇਖਾ ਸਿਹਤ ਰੇਖਾ ਧਨ ਰੇਖਾ ਤੇ ਵਿਆਹ ਰੇਖਾ ਤੀਸਰਾ ਗੌਣ ਜਾਂ ਸਹਾਇਕ ਰੇਖਾਵਾਂ ਸਫਰ ਰੇਖਾਵਾਂ ਬੱਚਿਆਂ ਦੀਆਂ ਰੇਖਾਵਾਂ ਸ਼ੁਕਰ ਦੇ ਪਰਬਤ ਉੱਪਰ ਲੀਆਂ ਕੜਵੀਆਂ ਲੇਟਵੀਆਂ ਰੇਖਾਵਾਂ ਮੰਗਲ ਦੀ ਰੇਖਾ ਸ਼ਨੀ ਦਾ ਚੱਕਰ ਸ਼ੁਕਰ ਦਾ ਚੱਕਰ ਆਦਿ ਇਹ ਸਾਰੀਆਂ ਰੇਖਾਵਾਂ ਇੱਕੋ ਵਿਅਕਤੀ ਦੇ ਹੱਥੋਂ ਤੇ ਬਹੁਤੀ ਘੱਟ ਮਿਲਦੀਆਂ ਆਪਾਂ ਕੁਝ ਮੁੱਖ ਰੇਖਾਵਾਂ ਦੇ ਅਰਥ ਤੇ ਨਿਯਮਾਂ ਦੀ ਪੜਤਾਲ ਕਰੀਏ ਜੀਵਨ ਰੇਖਾ ਦੇ ਫਲ ਤੇ ਨਿਯਮਾਂ ਦੀ ਪੜਤਾਲ ਜੀਵਨ ਰੇਖਾ ਬ੍ਰਸਪਤ ਗੁਰੂ ਪਰਬਤ ਦੇ ਥੱਲੇ ਹਥੇਲੀ ਦੀ ਬਗਲ ਤੋਂ ਉੱਠ ਕੇ ਚੀਚੀ ਤੇ ਅੰਗੂਠੇ ਦੇ ਵਿੱਚਕਾਰ ਸ਼ੁਰੂ ਹੋ ਕੇ ਪਰਬਤ ਨੂੰ ਘੇਰਦੀ ਹੋਈ ਕਲਾਈ ਦੇ ਮਣੀ ਬੰਦ ਤੇ ਜਾ ਕੇ ਰੁਕਦੀ ਹੈ ਸ਼ੁਭ ਤੇ ਹਿੱਤਕਾਰੀ ਫਲਾ ਦੇਸ਼ਕ ਲਈ ਇਹ ਲੰਬੀ ਡੂੰਗੀ ਗੂੜੀ ਤੇ ਬਿਨਾ ਕਿਸੇ ਟੁੱਟਦੇ ਹੋਣੀ ਚਾਹੀਦੀ ਹੈ ਇਸ ਰੇਖਾ ਤੇ ਹੱਥ ਹੱਥ ਮਾਹਿਰ ਵਿਅਕਤੀ ਦੀ ਉਮਰ ਸੇਤ ਬਿਮਾਰੀ ਤੰਦਰੁਸਤੀ ਭਵਿੱਖ ਚ ਬਿਮਾਰੀਆਂ ਲੰਬੀ ਉਮਰ ਤੇ ਮੌਤ ਆ ਦੱਸਣ ਦਾ ਦਾਵਾ ਕਰਦੀ ਹੈ ਇੱਕ ਲੰਬੀ ਗੂੜੀ ਤੇ ਡੂੰਗੀ ਜੀਵਨ ਰੇਖਾ ਟੁਕਟਾਂ ਟਿੱਕਰੀਆਂ ਤੇ ਪਾਰਾਂ ਕ੍ਰੋਸਿੰਗਸ ਤੋਂ ਰਹਿਤ ਲੰਬੀ ਸਿਹਤਮਤ ਜ਼ਿੰਦਗੀ ਦਾ ਵਲਾ ਦੇਸ਼ ਦਰਸਾਉਂਦੀ ਹੈ ਤਜਰਬੇਕਾਰ ਹੱਥ ਪੜਨ ਵਾਲੇ ਦਾਵਾ ਕਰਦੀ ਹੈ ਕਿ ਜਦੋਂ ਸ਼ਨੀ ਦੇ ਪਰਬਤ ਤੇ ਥੱਲੇ ਦਿਮਾਗ ਰੇਖਾ ਦੇ ਹਿੱਸਿਆਂ 'ਚ ਟੁੱਟੀ ਹੋਈ ਹੋਏ ਤਾਂ ਹੀ ਭਵਿੱਖ ਵਿੱਚ ਅਚਾਨਕ ਮੌਤ ਦੀ ਨਿਸ਼ਾਨੀ ਹੁੰਦੀ ਹੈ ਇੱਕ ਹੋਰ ਬਹੁਤ ਹੀ ਮਹੱਤਵਪੂਰਨ ਉਦਾਹਰਣ ਹੈ ਇੱਕ ਵਾਰੀ ਇੱਕ ਬਸ ਦਰਿਆ 'ਚ ਡਿੱਗਣ ਨਾਲ ਕੋਈ 80 ਵਿਅਕਤੀਆਂ ਦੀ ਮੌਤ ਹੋ ਗਈ ਮੈਂ ਕੋਈ 25 ਲਾਸ਼ਾਂ ਦੇ ਹੱਥ ਦੇਖ ਸਕਿਆ ਹੱਥ ਪੜਨ ਦਾ ਦਾਵਾ ਬੁਰੀ ਤਰ੍ਹਾਂ ਝੂਠਾ ਸੀ ਮੈਂ ਉਹ ਭਿਆਨਕ ਦ੍ਰਿਸ਼ ਕਦੇ ਨਹੀਂ ਭੁੱਲਾਂਗਾ ਇਓ ਦਿਨ ਸੀ ਜਦੋਂ ਹੱਥ ਪੜਨਾ ਮੇਰੇ ਮਨ ਚ ਪੂਰੀ ਤਰ੍ਹਾਂ ਤੇ ਦਿਵਾਲੀਆ ਬਣ ਗਿਆ ਇਸ ਹਾਦਸੇ ਵਿੱਚ ਸ਼িকার ਚੰਗੀਆਂ ਸ਼ਕਤੀਸ਼ਾਲੀ ਜੀਵਨ ਤੇ ਦਿਮਾਗ ਰੇਖਾਵਾਂ ਨਿਰਦੋਸ਼ ਬੱਚਿਆਂ ਔਰਤਾਂ ਤੇ ਆਦਮੀਆਂ ਦੀਆਂ ਜ਼ਿੰਦਗੀਆਂ ਨਹੀਂ ਬਚਾ ਸਕੀਆਂ ਕੋਈ ਇੱਕ ਦਰਜਨ ਔਰਤਾਂ ਜੋ ਦਾਗ ਲਵਾਉਣ ਜਾ ਰਹੀਆਂ ਸੀ ਭੀੜ ਕਾਰਨ ਇਸ ਬੱਸ 'ਤੇ ਨਹੀਂ ਚੜ ਸਕੀਆਂ ਜਦੋਂ ਇਸ ਭਿਆਨਕ ਹਾਦਸੇ ਕੋਲੇ ਕੋਈ ਇੱਕ ਘੰਟੇ ਪਿੱਛੋਂ ਲੰਘੀਆਂ ਤੋਂ ਆਪਣੀ ਕਿਸਮਤ ਉੱਤੇ ਵਿਸ਼ਵਾਸ ਨਾ ਕਰ ਸਕੀਆਂ ਕਿ ਇਹ ਸੰਭਵ ਹੈ ਕੀ ਵਿਅਕਤੀ ਜਿਹੜੇ ਪੁਚਾਲਾ ਖੜਾ ਤੇ ਹਵਾਈ ਹਾਦਸੇ ਆਜ ਮਰਦੇ ਐ ਉਹਨਾਂ ਦੇ ਹੱਥਾਂ ਉੱਤੇ ਮੌਤ ਦੇ ਨਿਸ਼ਾਨ ਇੱਕੋ ਜਿਹੇ ਹੁੰਦੇ ਐ ਲੱਖਾਂ ਲੋਕ ਹਿਰੋਸ਼ੀਮਾ ਨਾਗਾਇਆ ਸਾਕੀਚ ਮਾਰੇ ਗਏ ਜਿਨ੍ਹਾਂ ਚ ਬਹੁਤ ਸਾਰੇ ਯੋਧੇ ਵੀ ਸ਼ਾਮਲ ਸੀ ਕੀ ਉਹਨਾਂ ਦੀਆਂ ਰੇਖਾਵਾਂ ਇੱਕੋ ਜੀਆਂ ਸੀ ਅਸਲ ਚ ਸਾਰੀਆਂ ਅਚਾਨਕ ਮੌਤਾਂ ਬਹੁਤ ਸਾਰੇ ਤੱਤਾਂ ਤੇ ਨਿਰਭਰ ਕਰਦੀਆਂ ਜਿਵੇਂ ਵਿਅਕਤੀਗਤ ਬੇਤਿਆਨੀ ਮਸ਼ੀਨਰੀ ਚ ਅਚਾਨਕ ਨੁਕਸ ਅਚਾਨਕ ਕੁਦਰਤੀ ਆਫਤਾਂ ਔਰ ਰੇਖਾਵਾਂ ਦਾ ਨਤੀਜਾ ਨਹੀਂ ਹਨ ਇਹਨਾਂ ਰੇਖਾਵਾਂ ਦੇ ਟੋਟਨ ਤੇ ਮੌਤ ਦੀਆਂ ਘਟਨਾਵਾਂ ਦਾ ਸਬੱਬੀ ਮੇਲ ਹੋਣਾ ਤਾਂ ਸੰਭਵ ਹੋ ਸਕਦਾ ਹੈ ਪਰ ਮੈਂ ਆਪਣੀ ਖੋਜ ਕਰਦੇ ਸਮੇਂ ਦਰਜ ਨਾ ਜਏ ਵਿਅਕਤੀਆਂ ਦੀ ਮੌਤ ਹੁੰਦੀ ਵੇਖੀ ਹੈ ਜਿਨ੍ਹਾਂ ਦੇ ਜੀਵਨ ਰੇਖਾ ਜਾਂ ਦਿਮਾਗ ਰੇਖਾ 'ਚ ਕੋਈ ਵੀ ਟੁੱਟ ਭੱਜ ਨਹੀਂ ਸੀ ਮਸਤਕ ਰੇਖਾ ਦਾ ਭਾਵ ਤੇ ਨੀਮਾਂ ਦੀ ਪਰਤਾਲ ਹਥੇਲੀ ਨੂੰ ਦੋ ਭਾਗਾਂ 'ਚ ਵੰਡਦੀ ਦਿਲ ਦੀ ਰੇਖਾ ਦੇ ਥੱਲੇ ਦੀ ਰੇਖਾ ਨੂੰ ਮਸਤਕ ਰੇਖਾ ਕਿਹਾ ਜਾਂਦਾ ਹੈ ਇਸ ਰੇਖਾ ਨੂੰ ਬੁੱਧੀ ਰੇਖਾ ਸ਼ਸ਼ੀ ਰੇਖਾ ਪ੍ਰਗਿਆ ਰੇਖਾ ਮਾਤਰ ਰੇਖਾ ਹੈਡਲਾਈਨ ਵੀ ਆਉਂਦੀ ਕਹਿੰਦੇ ਹੈ ਇਹ ਵਿਅਕਤੀ ਦੀ ਸਮਝਦਾਰੀ ਦਾ ਪੱਧਰ ਮਾਨਸਿਕ ਇਕਾਗਰਤਾ ਦੀ ਸ਼ਕਤੀ ਤੇ ਸਵੈ ਕਾਬੂ ਨੂੰ ਦਰਸਾਉਂਦੀ ਹੈ ਮਨੁੱਖੀ ਮਸ਼ੀਨਰੀ ਕਿੰਨੀ ਵੀ ਸੁਯੋਗ ਕਿਉਂ ਨਾ ਹੋਵੇ ਕਦੇ ਵੀ ਸੰਪੂਰਨਤਾ ਨਾਲ ਕੰਮ ਨਹੀਂ ਕਰ ਸਕਦੀ ਜਦੋਂ ਤੱਕ ਦਿਮਾਗ ਸਰੀਰਕ ਤੌਰ ਤੇ ਸਿਹਤਮੰਦ ਨਾ ਹੋਵੇ ਤੇ ਵਿਅਕਤੀ ਵਿੱਚ ਮਨ ਨੂੰ ਕੇਂਦਰਿਤ ਕਰਨ ਦੀ ਸਮਰੱਥਾ ਨਾ ਹੋਵੇ ਸવાય ਕੁਝ ਹੋਰ ਸੂਚਨਾ ਦੇ ਮਸਤਕ ਦੀ ਰੇਖਾ ਮੁੱਖ ਤੌਰ ਤੇ ਬੁੱਧੀ ਤੇ ਵਿਚਾਰਾਂ ਦੀ ਡੁੰਗਾਈ ਨਾਲ ਸੰਬੰਧਿਤ ਜਦੋਂ ਦਿਮਾਗ ਰੇਖਾ ਚੰਦਰਮਾ ਪर्वਤ ਵਾਲਾ ਸਧਾਰਨ ਬਿੰਦੂ ਤੇ ਜਾਂਦੀ ਹੈ ਤਾਂ ਸਭ ਤੋਂ ਛੋਟੀ ਉਂਗਲ ਵੱਲ ਉੱਪਰ ਉੱਠਦੀ ਹੈ ਤੇ ਅਸਾਧਾਰਨ ਵਿਸ਼ੇਸ਼ਤਾਵਾਂ ਜਿਵੇਂ ਪਾਗਲਪਨ ਸਿੱਧਰਾਪਨ ਬਹੁਤ ਹੀ ਉਦਾਸੀ ਜੋ ਕਿ ਆਦਮ ਘਾਤ ਵੱਲ ਪ੍ਰੇਰਿਤ ਕਰਦੀ ਹੈ ਦੀ ਨਿਸ਼ਾਨੀ ਹੁੰਦੀ ਹੈ ਅਸੀਂ ਹੱਥ ਪੜਨ ਵਾਲੇ ਵਾਲਾ ਕਿਵੇਂ ਮਸਤਕ ਰੇਖਾ ਤੋਂ ਸੂਚਨਾ ਇਕੱਠੀ ਕਰਦਾ ਹੈ ਵੱਲ ਧਿਆਨ ਲਗਾइए ਇੱਕ ਜਮੰਦਰੂ ਪਾਗਲ ਵਿਅਕਤੀ ਦੀ ਉਦਾਹਰਨ ਲੈਨੇ ਮੈਂ ਜਮਾਨਦਰੂ ਪਾਗਲ ਵਿਅਕਤੀਆਂ ਤੇ ਹਾਲਾਤਾਂ ਤੇ ਬਣਾਏ ਪਾਗਲ ਵਿਅਕਤੀਆਂ ਦੋਨਾਂ ਦੀ ਅਨੇਕਾਂ ਹੱਥ ਕੋਖੇ ਹੈ ਪੂਰੀ ਤਰ੍ਹਾਂ ਬਹੁ ਗਿਣਤੀ ਵਿਅਕਤੀਆਂ ਦੀ ਹਾਲਤ ਵਿੱਚ ਮਸਤਕ ਰੇਖਾ ਬਿਲਕੁਲ ਸਧਾਰਨ ਵਾਂਗ ਲੰਬੀ ਹੈ ਨਾ ਜ਼ਿਆਦਾ ਥੱਲੇ ਨੂੰ ਝੁਕਦੀ ਨਾ ਉੱਪਰ ਵੱਲ ਉੱਠਦੀ ਪਰ ਥੋੜੀ ਜੀ ਥੱਲੇ ਨੂੰ ਝੁਕਦੀ ਖਤਮ ਹੁੰਦੀ ਹੈ ਜੇ ਹੱਥ ਰੇਖਾ ਮਾਹਿਰ ਨੂੰ ਵਿਅਕਤੀ ਦੇ ਪਾਗਲ ਮਨ ਬਾਰੇ ਪਤਾ ਲੱਗਦਾ ਹੈ ਤਾਂ ਉਸ ਨੂੰ ਦੇਖ ਕੇ ਲੱਗਦਾ ਹੈ ਨਾ ਕਿ ਉਹਨਾਂ ਦੇ ਹੱਥ ਪੜ ਕੇ ਮੇਰੇ ਇਸ ਵਿਚਾਰ ਦੇ ਪੱਖ 'ਚ ਸੈਂਕੜੇ ਜੀਵਤ ਸਬੂਤ ਹੈ। ਇੱਕ ਨਿਯਮ ਜਿਹਨੂੰ ਅਸਥਾਈ ਪਾਗਲਪਨ ਬੋਲਿਆ ਜਾਂਦਾ ਝੁਕਦੀ ਹੋਈ ਦਿਮਾਗ ਰੇਖਾ ਉੱਤੇ ਟਿਕਰੀ ਮਤਲਬ ਆਇਲੈਂਡ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ। ਇਹ ਦੋ ਘਟਨਾਵਾਂ ਦੇ ਮੇਲ ਦੁਆਰਾ ਤਾਂ ਵਾਪਰ ਸਕਦਾ ਪਰ ਮੇਰੀਆਂ ਖੋਜਾਂ 'ਚ ਮੈਨੂੰ ਇਹਦੇ 'ਚ ਕੋਈ ਸੱਚਾਈ ਨਹੀਂ ਲੱਭੀ। ਕੁਝ ਸਾਲ ਪਹਿਲਾਂ ਇੱਕ ਸ਼ਾਮ ਮੇਰੇ ਪਿੰਡ ਤੋਂ ਆਪਣੇ ਵਿਹਵਿਆਂ ਵਿੱਚ ਇੱਕ ਨੌਜਵਾਨ ਕੁੜੀ ਆਪਣਾ ਹੱਥ ਪੜਾਉਣ ਮੇਰੇ ਕੋਲ ਆਈ। ਮੇਰਾ ਹੱਥ ਪੜਿਆ ਤੇ ਮੈਂ ਪੂਰੇ ਯਕੀਨ ਨਾਲ ਕਹਿਣਾ ਉਹਦੇ ਹੱਥ ਦੀ ਮਸਤਕ ਰੇਖਾ ਬਿਲਕੁਲ ਹੀ ਸਧਾਰਨ ਸੀ ਭਾਵ ਕੋਈ ਵੀ ਆਤਮਕਾਦ ਦੀ ਨਿਸ਼ਾਨੀ ਦਾ ਪ੍ਰਦਰਸ਼ਨ ਨਹੀਂ ਸੀ ਉਹਦਾ ਹੱਥ ਪੜਨ ਤੋਂ ਕੁਝ ਹੀ ਹਫ਼ਤੇ ਵਿੱਚੋਂ ਮੈਂ ਉਹਦੇ ਆਤਮਕਾਦ ਦੀ ਖਬਰ ਸੁਣੀ ਹੱਥ ਰੇਖਾ ਪੜਨ ਦੇ ਸ਼ੌਕ ਤੋਂ ਬਹੁਤ ਹੀ ਨਿਰਾਸ਼ਤਾ ਮਹਿਸੂਸ ਹੋਈ ਇਹ ਕਿੰਨੀ ਵਧੀਆ ਉਦਾਹਰਣ ਹੈ ਕਿ ਮਨੁੱਖ ਆਪਣੀ ਕਿਸਮਤ ਆਪ ਹੀ ਸਭ ਤੋਂ ਵੱਧ ਜਾਣਦਾ ਹੈ ਦੂਸਰਾ ਵਿਅਕਤੀ ਕੁਝ ਨਹੀਂ ਦੱਸ ਸਕਦਾ ਬਿਨਾਂ ਸ਼ੱਕ ਉਹ ਆਪਣੀ ਕਿਸਮਤ ਕਿਵੇਂ ਬਣਾਉਣ ਜਾ ਰਹੀ ਹੈ ਚੰਗੀ ਤਰ੍ਹਾਂ ਜਾਣਦੀ ਸੀ ਤੇ ਮੇਰੀ ਲੰਬੀ ਉਮਰ ਜਿਉਣ ਦੀ ਭੇਖ ਬਾਣੀ ਉੱਤੇ ਜ਼ਰੂਰੀ ਮਨ ਚ ਹੱਸੀ ਹੋएगी ਮੇਰੇ ਸਕੂਲ ਦੇ ਦਿਨਾਂ 'ਚ ਇੱਕ ਹੋਰ ਘਟਨਾ ਵਾਪਰੀ ਜਦ ਮੈਂ ਹੱਥ ਰੇਖਾ ਪੜਨ ਬਾਰੇ ਜਾਣੂ ਨਹੀਂ ਸੀ ਮੈਂ ਸਕੂਲ ਜਾਣ ਤੋਂ ਪਹਿਲਾਂ ਸੜਕ ਵੱਲ ਸਵੇਰ ਦੀ ਸੈਰ ਕਰਨ ਜਾ ਰਿਹਾ ਸੀ ਮੈਨੂੰ ਸੜਕ ਦੇ ਨੇੜੇ ਖੂਚ-ਕੂਚ ਡਿੱਗਣ ਦੀ ਆਵਾਜ਼ ਸੁਣੀ ਮੇਰੀ ਪੜਤਾਲ ਨੇ ਇੱਕ ਬੁੱਢੀ ਔਰਤ ਨੂੰ ਜ਼ਿੰਦਗੀ ਤੇ ਮੌਤ ਵਿਚਕਾਰ ਜਦੋਂ ਜੱਦੋਜਹਿਦ ਕਰਦੇ ਦੇਖਿਆ ਮੈਂ ਆਪਣੀ 8 ਮੀਟਰ ਪਗੜੀ ਲਾਈ ਤੇ ਉਹਨੂੰ ਫੜਨ ਦੀ ਆਵਾਜ਼ ਦਿੱਤੀ ਮੈਂ ਉਹਨੂੰ ਆਪਣੀ ਗਵੰਡਨ ਵੱਜੋਂ ਪਛਾਣਿਆ ਜਿਹੜੀ ਕਿ ਪਾਗਲਪਨ ਦੇ ਦੌਰਿਆਂ 'ਤੇ ਵਿੱਚੋਂ ਲੰਘ ਰਹੀ ਸੀ ਮੇਰੀ ਸਮੇਂ ਸਿਰ ਸਹਾਇਤਾ ਕਰਕੇ ਉਹ ਅੱਜ ਵੀ ਜੀਉਂਦੀ ਹੈ ਜਦੋਂ ਮੇਰੀ ਹੱਥ ਪੜਨ 'ਚ ਦਿਲਚਸਪੀ ਦਾ ਵਿਕਾਸ ਹੋਇਆ ਮੈਂ ਸੂਚਨਾ ਪ੍ਰਾਪਤ ਕਰਨ ਲਈ ਉਹਦਾ ਹੱਥ ਵੇਖਿਆ ਤੇ ਲੱਭ ਕੇ ਨਿਰਾਸ਼ਾ ਹੋਈ ਕਿ ਨਾ ਉਹਦੇ ਹੱਥ 'ਤੇ ਕੋਈ ਦਿਮਾਗੀ ਨੁਕਸਾਨ ਦੀ ਨਿਸ਼ਾਨੀ ਸੀ ਤੇ ਨਾ ਹੀ ਆਤਮ ਹੱਤ ਦੀ ਕੋਸ਼ਿਸ਼ ਦਾ ਚਿੰਨ ਉਹ ਤਰਨਾ ਨਹੀਂ ਜਾਣਦੀ ਸੀ ਜੇ ਮੈਂ ਨਾ ਉੱਥੋਂ ਲੰਘ ਰਿਆ ਹੁੰਦਾ ਤਾਂ ਮਰ ਗਈ ਹੁੰਦੀ ਉਦੇ ਹੱਥ ਉੱਤੇ ਆਤਮਕਾ ਦੀ ਸੂਚਨਾ ਦੇਣ ਦੀ ਜ਼ਰੂਰੀ ਨਿਸ਼ਾਨੀ ਹੋਣੀ ਚਾਹੀਦੀ ਸੀ ਪਰ ਉੱਥੇ ਕੋਈ ਅਜਿਹਾ ਨਿਸ਼ਾਨ ਨਹੀਂ ਸੀ ਦਿਲ ਦੀ ਰੇਖਾ ਦੀ ਪੜਤਾਲ ਪਿਆਰ ਸਾਡੀ ਜ਼ਿੰਦਗੀ 'ਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ ਦੋ ਵਿਰੋਧੀ ਲਿੰਗਾ ਦੀ ਖਿੱਚ ਕੁਦਰਤੀ ਹੈ ਦਿਲ ਸਾਡੇ ਸਰੀਰ ਦਾ ਪੰਪ ਹੈ ਜੋ ਸਾਡੇ ਸਰੀਰ ਨੂੰ ਖੂਨ ਸਪਲਾਈ ਕਰਦਾ ਹੈ ਤੇ ਪਿਆਰ ਦੀ ਨਿਸ਼ਾਨੀ ਵੱਜੋਂ ਹੀ ਵਰਤਿਆ ਜਾਂਦਾ ਹੈ ਇੱਕ ਸਮਾਂ ਸੀ ਜਦੋਂ ਮਨੁੱਖ ਨੇ ਵਿਸ਼ਵਾਸ ਕੀਤਾ ਕਿ ਦਿਲ ਸਾਡੇ ਮਨ ਦੀ ਧਾਾ ਹੈ ਕੁਝ ਸਮੇਂ ਵਿੱਚ ਚੁੱਲਬਿਆਏ ਦਿਲ ਨਹੀਂ ਇਹ ਤਾਂ ਅਸਲ 'ਚ ਦਿਮਾਗ ਹੈ ਜੋ ਸਾਨੂੰ ਦਿਸ਼ਾ ਦਾ ਹੁਕਮ ਜਾਰੀ ਕਰਦਾ ਹੈ ਇਸ ਸਚਾਈ ਦੇ ਉਪਰੰਤ ਵੀ ਮੁਹਾਵਰੇ ਜਿਵੇਂ ਦਿਲ ਟੁੱਟ ਗਿਆ ਦਿਆਲੂ ਦਿਲ ਸਖਤ ਦਿਲ ਮੇਰਾ ਦਿਲ ਉੱਤੇ ਆ ਗਿਆ ਆਦ ਅੱਜ ਵੀ ਬੋਲਣ 'ਚ ਵਰਤੇ ਜਾਂਦੇ ਆ ਅਸਲੀ ਸ਼ਬਦਾਂ 'ਚ ਖੁਸ਼ ਕਰਦੀ ਵਰਤੋਂ ਹੀ ਹੈ ਇਹ ਮੁਹਾਵਰੇ ਅਰਥ ਰਹਿਤ ਹਨ ਦਿਲ ਨੂੰ ਪਿਆਰ ਦੀ ਨਿਸ਼ਾਨੀ ਵਜੋਂ ਵਰਤਣਾ ਸਾਡੀਆਂ ਇੱਛਾਵਾਂ ਜਾਂ ਚਾਹਤਾਂ ਦਾ ਵਰਣਨ ਹੀ ਹੈ ਸਾਡੀਆਂ ਸਾਰੀਆਂ ਇੱਛਾਵਾਂ ਚਾਹਾਂ ਦਾ ਦਿਮਾਗ ਦੁਆਰਾ ਸੋਚਣ ਦੀ ਕਿਰਿਆ ਹੀ ਹਨ ਪਿਆਰ ਘਿਰਨਾ ਚਿੰਤਾ ਖੁਸ਼ੀ ਦੁੱਖ ਮਿੱਤਰਤਾ ਪਸੰਦ ਬੇਪਸੰਦ ਸਾਰਾ ਕੁਝ ਦਿਮਾਗ ਦੁਆਰਾ ਮਹਿਸੂਸ ਕੀਤਾ ਜਾਂਦਾ ਹੈ ਪਿਆਰ ਇੱਕ ਅਜਿਹੀ ਸੋਚ ਹੈ ਜੋ ਦੋ ਵਿਅਕਤੀਆਂ ਦੇ ਆਪਸ ਵਿੱਚ ਸੰਬੰਧਕ ਇਹ ਦੋ ਵਿਅਕਤੀ ਕੀ ਪਸੰਦ ਕਰਦੇ ਹੈ ਕੀ ਨਹੀਂ ਕਰਦੇ ਉੱਤੇ ਨਿਰਭਰ ਕਰਦਾ ਹੋਇਆ ਇੱਕ ਸਮਝੌਤਾ ਹੈ ਸਧਾਰਨ ਤੌਰ ਤੇ ਕੁਝ ਲੈਣਾ ਤੇ ਕੁਝ ਦੇਣਾ ਹੀ ਹੈ ਇਥੇ ਰੇਖਾ ਮਾਹਰ ਤੇ ਉਹਨਾਂ ਦਾ ਵਿਗਿਆਨਕ ਹੱਥ ਪੜਨਾ ਬੜੀ ਹਸੋਹਣੀ ਸਥਿਤੀ 'ਚ गिर ਜਾਂਦੀ ਹੈ। ਜਦੋਂ ਦਿਮਾਗ ਰੇਖਾ ਪਹਿਲਾਂ ਹੀ ਮੌਜੂਦ ਹੈ ਤੇ ਇੱਕ ਰੇਖਾ ਦਾ ਨਾਮ ਦਿਲ ਰੇਖਾ ਰੱਖਣ ਦੀ ਕੀ ਲੋੜ ਹੈ? ਸਰੀਰ ਦਾ ਇੱਕ ਪੰਪ ਦਿਮਾਗ ਦੇ ਕੰਮਾਂ 'ਚ ਕਿਵੇਂ ਦਖਲਅੰਦਾਜ਼ੀ ਕਰ ਸਕਦਾ ਹੈ? ਸਿਰਫ ਦਿਮਾਗ 'ਚ ਪਿਆਰ ਉਤਪਨ ਹੁੰਦਾ ਹੈ। ਦੂਜੇ ਸ਼ਬਦਾਂ 'ਚ ਫੈਸਲੇ ਦੇਣੇ ਦਿਮਾਗ ਦਾ ਹੀ ਕੰਮ ਹੈ। ਦਿਲ ਰੇਖਾ ਹਥੇਲੀ ਦੇ ਉੱਪਰਲੇ ਹਿੱਸੇ 'ਚ ਬ੍ਰਸਪਤੀ, ਸ਼ਨੀ, ਸੂਰਜ ਤੇ ਬੁੱਧ ਦੇ ਪਰਬਤਾਂ ਥਲੇ ਇੱਕ ਪਾਸੇ ਤੋਂ ਦੂਜੇ ਪਾਸੇ ਵੱਲ ਜਾਂਦੀ ਹੈ। ਹੱਥ ਦੀ ਬੋਲੀਟ ਕੀ ਲਿਖਦਾ ਹੈ ਕਿ ਦਿਲ ਰੇਖਾ ਜਦੋਂ ਥੱਲੇ ਵੱਲ ਹੋਏ ਭਾਵ ਦਿਮਾਗ ਰੇਖਾ ਦੇ ਨੇੜੇ ਹੋਏ ਤਾਂ ਦਿਲ ਸਦਾ ਦਿਮਾਗ ਦੇ ਮਾਮਲਿਆਂ 'ਚ ਦਖਲ ਦੇਵੇਗਾ ਜਦੋਂ ਬੇਸ਼ੱਕ ਹੱਥ ਦੇ ਉੱਪਰ ਵੱਲ ਭਾਵ ਉੱਚੀ ਹੋਵੇ ਤਾਂ ਦਿਮਾਗ ਰੇਖਾ ਦੇ ਉੱਚੇ ਹੋਣ ਕਰਕੇ ਦੋਵਾਂ ਵਿੱਚ ਕਰਲਾ فاਸਲਾ ਤੰਗ ਹੋਣ ਤਾਂ ਪਹਿਲਾਂ ਤੋਂ ਉਲਟ ਹੁੰਦਾ ਹੈ ਦਿਮਾਗ ਪਿਆਰ ਨੂੰ ਪੂਰੀ ਤਰ੍ਹਾਂ ਨਹੀਂ ਆਮਤ ਕਰੇਗਾ ਭਾਵੇਂ ਸਖਤ ਭਾਵਨਾ ਰਹੇਤ ਗੰਭੀਰ ਤੇ ਖੋਰੀ ਸੁਭਾਤਾ ਹੁੰਦਾ ਹੈ ਇਹ ਬਿਆਨ ਬਿਲਕੁਲ ਹੀ ਬੇਅਰਥ ਹੈ ਤਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਦਿਲ ਦਿਮਾਗ ਦੇ ਕੰਮਾਂ 'ਚ ਦਖਲ ਨਹੀਂ ਦੇ ਸਕਦਾ ਤੇ ਦਿਮਾਗ ਦਿਲ ਦੇ ਖੂਨ ਵੰਡਣ ਦੇ ਕੰਮ 'ਚ ਕੋਈ ਦਖਲ ਨਹੀਂ ਦੇ ਸਕਦਾ। ਕੁਝ ਹੱਥਾਂ ਤੋਂ ਇੱਕ ਹੋਰ ਦਿਲਚਸਪ ਵਿਸ਼ੇਸ਼ਤਾ ਮਿਲਦੀ ਓਏ ਦਿਲ ਰੇਖਾ ਦੀ ਅਣਹੋਂਦ। ਅਜਈਆਂ ਹਾਲਤਾਂ 'ਚ ਕੀ ਮੈਨੂੰ ਇਹ ਅਰਥ ਨਹੀਂ ਕੱਢਣਾ ਚਾਹੀਦਾ ਕਿ ਵਿਅਕਤੀ ਦਿਲ ਤੋਂ ਬਿਨਾਂ ਜਦ ਪਿਆਰ ਦੀ ਭਾਵਨਾ ਰਹਿਤ ਹੈ ਅਜਈ ਸਥਿਤੀ ਵਿੱਚ ਜਦੋਂ ਹੱਥ ਰੇਖਾ ਮਾਰ ਦਿਲ ਦਾ ਪਿਆਰ ਦੀ ਹੋਣ ਹੋਣ ਤੋਂ ਮੁਨਕਰ ਹੋਣ ਦੀ ਸਥਿਤੀ 'ਚ ਨਹੀਂ ਤੋ ਬਹਾਨਾ ਕਰਦੇ ਆ ਕਿ ਅਜਿਹੇ ਵਿਅਕਤੀਆਂ ਚ ਡੁੰਗਾਈ ਨਾਲ ਪਿਆਰ ਮਹਿਸੂਸ ਕਰਨ ਦੀ ਸ਼ਕਤੀ ਨਹੀਂ ਹੁੰਦੀ। ਕੀਰੋ ਅਮਰੀਕਨ ਹਥਰਾਕ ਰੇਖਾ ਮਹਰ ਹੈਨਰੀ ਫਾਰਿਤ ਵੱਖਰੇ ਢੰਗ ਨਾਲ ਵਰਣਨ ਕਰਦਾ ਹੈ। ਉਹ ਸੋਚਦਾ ਹੈ ਕਿ ਦਿਲ ਰੇਖਾ ਦੀ ਬਿਲਕੁਲ ਹੀਨ ਹੋਣ ਦਾ ਭਾਵ ਸਵਾਰਥੀਪਨਾ ਬੇहद ਕੰਜੂਸੀ ਬੇਰਹਿਮ ਸੁਭਾਅ ਦਾ ਹੁੰਦਾ ਹੈ। ਦਿਲ ਰੇਖਾ ਦੀ ਪੂਰੀ ਤਰ੍ਹਾਂ ਹੋਂਦ ਲੱਭਣਾ ਆਮ ਜੀ ਗੱਲ ਨਹੀਂ ਹੈ। ਮੈਂ ਸਿਰਫ ਆਪਣੇ ਦੋ ਜਮਾਤੀ ਤੇ ਮਿੱਤਰ ਦਿਲ ਰੇਖਾ ਤੋਂ ਬਿਨਾ ਲੱਭਣ ਵਿੱਚ ਸਫਲ ਹੋਇਆ ਸੀ ਲੰਮੇ ਸਮੇਂ ਤੋਂ ਉਹਨਾਂ ਨੂੰ ਜਾਣਨ ਕਰਕੇ ਮੈਂ ਸੱਚਾਈ ਨਾਲ ਕਹਿ ਸਕਦਾ ਕਿ ਮੈਂ ਕੀਰੋ ਤੇ ਹੈਨਰੀ ਦੁਆਰਾ ਦਾਵਾ ਕੀਤੀਆਂ ਤਾਂ ਜਾਂ ਵਿਸ਼ੇਸ਼ਤਾਵਾਂ ਦੀ ਜ਼ਿਆਤੀ ਕਦੇ ਮਹਿਸੂਸ ਨਹੀਂ ਕੀਤੀ ਅਸਲ 'ਚ ਸਾਰੇ ਪੱਖਾਂ ਤੋਂ ਆਮ ਵਿਅਕਤੀ ਵਾਂਗੀਆਂ ਜਿਨ੍ਹਾਂ ਦੇ ਹੱਥ ਤੇ ਦਿਲ ਰੇਖਾ ਮੌਜੂਦ ਹੁੰਦੀ ਹੈ ਇਹ ਤੋਂ ਪਤਾ ਲੱਗਦਾ ਹੈ ਕਿ ਇਸ ਨਿਯਮ 'ਚ ਵੀ ਕੋਈ ਦਲੀਲ ਨਹੀਂ ਮੇਰੇ ਆਪਣੇ ਹੱਥ ਬਾਰੇ ਸਭ ਤੋਂ ਵਧੀਆ ਰੇਖਾ ਉਹ ਹੈ ਜਿਹੜੀ ਇਕਸਾਰ ਤੇ ਡੂੰਗੀ ਉੱਕਰੀ ਹੋਈ ਹੈ ਟੁੱਟੀ ਹੋਈ ਨਹੀਂ ਹੈ ਜਾਂ ਉਸ ਵਿੱਚ ਕੋਈ ਹੋਰ ਨੁਕਸ ਨਹੀਂ ਚੰਗੀ ਤਰ੍ਹਾਂ ਗੂੜੀ ਤੇ ਠੀਕ ਲੰਬਾਈ ਦੀ ਹੈ ਇਹ ਸ਼ਬਦ ਹੱਥ ਰੇਖਾ ਪੜਨ ਦੀ ਇੱਕ ਹੋਰ ਕਿਤਾਬ ਵਿੱਚੋਂ ਲੈ ਗਏ ਹੈ ਇਹ ਹੱਥ ਮਾਹਿਰਾਂ ਵੱਲੋਂ ਤਿਆਰ ਕੀਤਾ ਹਰ ਰੇਖਾ ਉੱਤੇ ਲਾਗੂ ਹੁੰਦਾ ਮੁੱਖ ਨਹੀਂ ਹੈ ਮੈਂ ਇੱਕ ਚੰਗੀ ਦਿਲ ਰੇਖਾ ਦਿਲ ਦੀ ਚੰਗੀ ਹਾਲਤ ਖੂਨ ਦਾ ਦੌਰਾਂ ਚੰਗਾ ਪਿਆਰ ਦੀ ਝਲਕ ਜੀਵਨ ਦੇ ਮਸਲਿਆਂ 'ਚ ਪਰਪੱਕਤਾ ਤੇ ਇਕਸਾਰਤਾ ਤੇ ਪਿਆਰ ਦੇ ਮਾਮਲੇ 'ਚ ਵਿਸ਼ਵਾਸਪਤਰ ਹੋਣ ਦਾ ਪ੍ਰਗਟਾਵਾ ਕਰਦੇ। ਉਹ ਵਿਅਕਤੀ ਜਿਨ੍ਹਾਂ ਦੀ ਰੇਖਾ ਸੰਪੂਰਨ ਹੁੰਦੀ ਹੈ, ਦਲੇਰ, ਹੌਸਲੇ ਵਾਲੇ ਤੇ ਨੇਡਰ ਹੁੰਦੇ ਆ। ਇੱਥੇ ਮੈਂ ਆਪਣੇ ਹੱਥ ਦੀ ਦਿਲ ਰੇਖਾ ਦਾ ਵਰਣਨ ਦੇਣਾ ਚਾਹਾਂਗਾ। ਮੇਰੀ ਦਿਲ ਰੇਖਾ ਲੰਬੀ, ਰੰਗ ਦੀ ਗੁਲਾਬੀ, ਚੌੜੀ, ਪਤਲੀ, ਕੁਝ ਟਿਕਰੀਆਂ ਤੇ ਪੰਜ ਥਾਂ ਤੋਂ ਟੁੱਟੀ ਹੋਈ ਹੈ। ਮੈਂ ਤੰਗ ਨਜ਼ਰੀਏ ਦਾ ਨਹੀਂ, ਡਰਪੋਕ ਵੀ ਨਹੀਂ। ਮੇਰਾ ਮਾਨਸਿਕ ਤੇ ਸਰੀਰਕ ਹੌਸਲਾ ਇੱਕ ਸਾਧਾਰਨ ਵਿਅਕਤੀ ਤੋਂ ਵੱਧ ਹੈ। ਮੈਨੂੰ ਕੋਈ ਦਿਲ ਦੀ ਬਿਮਾਰੀ ਨਹੀਂ ਜਾਂ ਖੂਨ ਦਾ ਚੱਕਰ ਕਮਜ਼ੋਰ ਨਹੀਂ ਭਾਵੇਂ ਟਿਕਰੀਆਂ ਤੇ ਦਿਲ ਰੇਖਾ ਦੇ ਪੰਜ ਟੁੱਟੇ ਸਕੂਲ ਦੇ ਸਾਲਾਂ ਤੋਂ ਹੀ ਮੌਜੂਦ ਹੈ ਮੈਂ ਡਰ ਨੂੰ ਅਗਿਆਨਤਾ ਦਾ ਦੂਜਾ ਨਾਂ ਹੀ ਦਿੰਦਾ ਸੋ ਨਾ ਮੈਂ ਆਪਣੇ ਆਪ ਨੂੰ ਡਰਪੂਕ ਸੋਚਦਾ ਤੇ ਨਾ ਅਗਿਆਨੀ ਜਦੋਂ ਕੋਈ ਕਿਸੇ ਚੀਜ਼ ਬਾਰੇ ਅਣਜਾਣ ਦਾ ਅਗਿਆਨੀ ਹੈ ਤਾਂ ਉਹ ਤੋਂ ਡਰੇਗਾ ਇੱਕ ਬਿਜਲੀ ਮਕੈਨਿਕ ਬਿਜਲੀ ਦੇ ਯੰਤਰਾਂ ਨੂੰ ਮੁਰੰਮਤ ਕਰਨ ਲੱਗਿਆਂ ਡਰੇਗਾ ਨਹੀਂ ਪਰ ਮੈਂ ਡਰਾਂਗਾ ਕਿਉਂਕਿ ਮੈਨੂੰ ਬਿਜਲੀ ਦੇ ਯੰਤਰਾਂ ਦੀ ਮੁਰੰਮਤ ਦਾ ਉੱਕਾ ਵੀ ਪਤਾ ਨਹੀਂ ਮੈਨੂੰ ਭੂਤ ਰੱਬ ਪ੍ਰੇਤਾਂ ਪਾਪਾਂ ਆਦਤੋਂ ਪੂਰਾ ਵੀ ਡਰ ਨਹੀਂ ਹੈ ਮੈਂ ਭੂਤਾਂ ਪ੍ਰੇਤਾਂ ਦਾ ਜੰਗਲਾਂ ਮੜੀਆਂ ਪੁਰਾਣੇ ਘਰਾਂ ਤੇ ਜਿੱਥੇ ਵੀ ਕਿਸੇ ਨੇ ਉਹਨਾਂ ਦੀ ਹੋਣ ਦਾ ਸੁਝਾਅ ਦਿੱਤਾ ਹੈ ਹਨੇਰੇ ਤੇ ਚਾਨਣ ਚ ਧੋਖਾ ਰਹਿਤ ਹਾਲਤਾਂ ਚ ਸ਼ਿਕਾਰ ਕੀਤਾ ਮੈਂ ਕੁਝ ਵਿਅਕਤੀਆਂ ਜੋ ਭੂਤਾਂ ਦੀਆਂ ਕਿਰਿਆਵਾਂ ਨੰਗਿਆਂ ਕਰਨ ਚ ਕਾਮਯਾਬ ਹੋਇਆ ਮੇਰੀ ਦਿਮਾਗ ਰੇਖਾ ਉੱਤੇ ਵੱਡੀ ਟਿਕਰੀ ਹੈ ਜਿਹਦਾ ਹੱਥ ਰੇਖਾ ਪੜਨ ਅਨੁਸਾਰ ਸਿਰ ਦੀ ਛੱਟ ਜਾ ਥੋੜੇ ਸਮੇਂ ਲਈ ਪਾਗਲਪਨ ਵਾਪਰਨਾ ਫਰਜ਼ ਕੀਤਾ ਜਾਂਦਾ ਹੈ। ਮੈਨੂੰ ਦੋਨਾਂ ਵਿੱਚੋਂ ਕੁਝ ਨਹੀਂ ਵਾਪਰਿਆ। ਮੇਰੀ ਜੀਵਨ ਰੇਖਾ ਉੱਤੇ ਟੋਟਾ ਅੱਜ ਵੀ ਸਾਫ਼ ਨਜ਼ਰ ਆਉਂਦਾ ਹੈ। ਕੁਝ ਸਾਲ ਪਹਿਲਾਂ ਇਸ ਤੋਂ ਵੱਡਾ ਫਾਸਲਾ ਸੀ ਦੋਨਾਂ ਪਾਸਿਆਂ ਦਾ ਇੱਕ ਦੂਜੇ ਉੱਤੇ ਚੜ੍ਹਾ ਬਿਲਕੁਲ ਨਹੀਂ ਸੀ। ਮੈਂ ਇਸ ਰੇਖਾ ਅਨੁਸਾਰ 10 ਸਾਲ ਪਹਿਲਾਂ ਮਰਿਆ ਹੋਣਾ ਚਾਹੀਦਾ ਸੀ। ਮੈਂ ਕਦੇ ਵੀ ਹਸਪਤਾਲ ਦਾਖਲ ਨਹੀਂ ਹੋਇਆ ਜਾਂ ਮੌਤ ਦੇ ਖਤਰੇ ਦਾ ਸਾਹਮਣਾ ਨਹੀਂ ਕੀਤਾ। ਜਾਂ ਕੋਈ ਗੰਭੀਰ ਬਿਮਾਰੀ ਜਾਂ ਜ਼ਖਮ ਨਹੀਂ ਵਾਪਰਿਆ। ਮੇਰੇ ਹੱਥ ਉਤੇ ਇੱਕ ਸਾਫ ਤੇ ਡੂੰਗੀ ਵਿਆਹ ਰੇਖ ਹੈ ਹੱਥ ਪੜਨ ਵਾਲਿਓ ਮੈਨੂੰ ਬਹੁਤ ਹੀ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਮੈਂ ਤਲਾਕਸ਼ੁਦਾ ਤੇ ਭਾਵੇਂ ਮੇਰੇ ਦੋਨੋਂ ਹੱਥਾਂ ਉਤੇ ਦੂਜੇ ਵਿਆਹ ਦੀ ਰੇਖਾ ਨਹੀਂ ਹੈ ਪਰ ਮੈਂ ਛੇਤੀ ਦੂਜਾ ਵਿਆਹ ਕਰਾਉਣ ਜਾ ਰਿਹਾ ਹਾਂ ਧੰਨ